السلام علیکم، ہاں بچے ہم ٹائم کی تو سواستے ہیں پر پہلے وہ تنلار میں پیس کرو اور تاثر یہ آنواری ہے جو ٹائم کی پاک کرتے ہیں اس کے اچھا جی آج ویڈیو کچھ اس طرح دیا کیونکہ جی میں لائی ہوئی مشین تھوڑے جی کپڑے سے گئے میں کہتا ہوں لما کیونکہ بوتے ہو جانے ہیں گرمی ہے کہ بہت گرمی میں جو بوتے کپڑے تو ہوں گا ہاں کوئی نہیں ہے کیونکہ توپا آ جاندی ہے اس واسطے جن کپڑے تھوڑے 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 تو ہو گئے تھوڑا جی سی گئے تو میں چلو کپڑے تو پا دوں ਕਿਉਂਕਿ ਸ਼ਾਮ ਦਾ ਟਾਈਮ ਤੇ ਹਨੇਰੀ ਆ ਜਾਂਦੀ ਆ ਹਨੇਰੀ ਚੜੇ ਹੁੰਦੀ ਰੋਜ਼ ਕਿਉਂਕਿ ਗਰਮੀਆਂ ਨੂੰ ਹਨੇਰੀ ਦਾ ਹੀ ਹੁੰਦਾ ਕਿਉਂਕਿ ਹਨੇਰੀ ਬਹੁਤ ਛੇਤੀ ਜ਼ਿਆਦਾ ਚੜਦੀ ਹੈ ਤੇ ਹੁਣ ਮੈਂ ਮਸ਼ੀਨ ਲਾਈ ਹੋਈ ਸੀਗੀ ਕਿਉਂਕਿ ਘਰ ਦਾ ਕੰਮ ਕਰਨ ਤੋਂ ਪਹਿਲਾਂ ਮਸ਼ੀਨ ਲਾ ਲਈ ਸੀਗੀ ਤੇ ਹੁਣ ਵਿੱਚ ਪੂਰ ਕੱਪੜਿਆਂ ਪਾ ਗਈ ਸੀਗੀ ਤੇ ਘਰ ਦਾ ਕੰਮ ਸਾਰਾ ਕਰ ਲਿਆ ਵਾ ਬਰਤਨ ਮੈਂ ਵੀ ਬੈਠੀ ਨੂੰ ਧੋਤੇ ਆ ਔਰ ਝਾੜੂ ਵਗੈਰਾ ਉਪਲੇ ਪੋਰਸ਼ਨ 'ਚ ਔਰ ਨੀਚੇ ਪੋਰਸ਼ਨ 'ਚ ਮੈਂ ਭੇਜਿਆ ਬਾਕੀ ਹਜੇ ਸਫਾਈਆਂ ਰਹਿੰਦੀਆਂ ਕਰਨ ਵਾਲੀਆਂ ਕਿਉਂਕਿ ਉਹ ਮੈਂ ਕਿਹਾ ਕਿਉਂਕਿ ਛਾਂ ਵਾ ਕਮਰੇ ਦੇ ਵਿੱਚ ਵਿੱਚ ਵਾ ਅਤੇ ਉਹ ਮੈਂ ਕਿਹਾ ਬਾਅਦ 'ਚ ਕਰ ਲੈਂਦੀ ਹਾਂ ਪਹਿਲਾਂ ਮੈਂ ਕਿਹਾ ਕੱਪੜੇ ਧੋ ਪਾ ਦਵਾਂ ਤਾਂ ਕਿ ਸੁੱਕ ਜਾਣ ਕੱਪੜੇ ਕਿਉਂਕਿ ਜਿਹੜੇ ਕੱਪੜੇ ਨਾ ਕੱਪੜੇ ਦੇ ਕੱਪੜੇ ਨੂੰ ਧੁੱਪੇ ਧੋਣੇ ਨਾ ਧੋ ਕੇ ਕਿਹੜਾ ਛਾਵੇਂ ਧੋਣੇ ਅਤੇ ਅੰਮੀ ਹੁਣਾਂ ਨੇ ਮਸ਼ੀਨ ਲਾਈ ਸੀ ਉੱਧਰ ਆਸ਼ਾ ਭੈਣ ਵੀ ਕੱਪੜੇ ਦਈ ਤਾਂ ਹੁਣ ਮੋਟਰ ਚੱਲਣ ਦਈ ਹੈ ਚਾਹ ਵਾਲਾ ਪੂਰ ਕੱਢ ਕੱਢ ਕੇ ਨਾ ਅਤੇ ਆਸ਼ਾ ਨੂੰ ਆਵਾਜ਼ ਦੇਣੀ ਆ ਦੋ ਮਿੰਟ ਵਾਲ ਬੰਦ ਕਰੋ ਇੱਧਰੋਂ ਅਤੇ ਮੈਂ ਕੱਪੜੇ ਕੱਪੜੇ ਅੰਤਾ ਕੇ ਪਾ ਦਵਾਂ ਫਿਰ ਚਲਾ ਲਈ ਆਸ਼ਾ ਦੇਵ ਚੱਲ ਸਭ ਤੋਂ ਆਉਣਾ ਆਪਣਾ ਬੈਲਟ ਰੱਖ ਚਾਰ ਪੁੱਤ ਇੱਕ ਪਹਿਲਾਂ ਚਿੱਟੇ ਕੱਪੜੇ ਧੋ ਕੇ ਹਟ ਗਈ ਹੈ ਅਤੇ ਉਹ ਵਾਲਾ ਸੂਟ ਤਾਂ ਪਾਇਆ ਸੀਗਾ ਕਿਉਂਕਿ ਉਹ ਤਾਂ ਰੰਗ ਨਹੀਂ ਲੱਗਦਾ ਬਾਕੀ ਕੱਪੜੇ ਦਾ ਰੰਗ ਲੱਗਦਾ ਕਿਉਂਕਿ ਅਗਾਂ ਇਹਦੀਆਂ ਸਫਾਈਆਂ ਵੀ ਕਰਨੀਆਂ ਨੇ ਇਸ ਵਾਸਤੇ ਨਾ ਕੰਮ ਰੋਜ਼ ਦਾ ਰੋਜ਼ ਦਾ ਥੋੜ੍ਹਾ ਥੋੜ੍ਹਾ ਨਿਬੜਦਾ ਰਹੇ ਨਾ ਉਹ ਠੀਕ ਹੈ ਕਾਲੇ ਕੱਪੜੇ ਬਾਅਦ 'ਚ ਧੋਣੇ ਆ ਪਹਿਲਾਂ ਮੈਂ ਧੋਣੀ ਆ ਸ਼ੋਦ ਪਾਪਾ ਮੈਂ ਉੱਥੇ ਮੈਂ ਹਾਂਜੀ ਮੁੱਛ ਕਰਨਾ ਕਰ
ਅੱਛਾ ਜੀ, ਕੱਪੜੇ ਸਾਰੇ ਧੋ ਕੇ ਪਾ ਤੇ ਆ, ਸਾਰੇ ਧੋ ਤੇ ਆ। ਕਪੂਰ ਲਾ ਲੈਂਦਾ, ਸੁੱਕ ਗਿਆ ਸੀ ਆ ਦੇਖੋ, ਆਹ ਲਾ ਕੇ ਰੱਖਤਾ ਇੱਥੇ ਇੱਥੇ ਖੀਰਲਾ ਕਪੂਰ ਵੇਚੋ ਆ ਮਸ਼ੀਨ 'ਤੇ, ਬਸ ਉਹ ਧੋ ਕੇ ਅਤੇ ਮਸ਼ੀਨ ਧੋ ਕੇ ਰੱਖ ਦੇਣੀ ਆ। ਬਹੁਤ ਜ਼ਿਆਦਾ ਗਰਮੀ ਹੋ ਗਈ ਆ, ਮਸ਼ੀਨ ਧੋ ਕੇ ਅਤੇ ਫਿਰ ਜਾ ਕੇ ਨਾ ਨੀਚੇ ਜਾ ਕੇ ਅਤੇ ਫਿਰ ਲੱਸੀ ਮਿੱਠੀ ਬਣਾ ਕੇ ਪੀਣੀ ਆ ਠੰਡੀ, ਅਤੇ ਉਹ ਕੱਪੜੇ ਚਲੋ ਜਦੋਂ ਸੁੱਕਣਗੇ ਉਦੋਂ ਲਾ ਕੇ ਰੱਖ ਦੇਵਾਂਗੇ। ਆਹ ਵਾਲਾ ਕਪੂਰ ਖੀਰਲਾ ਵਾ ਜਿਹੜਾ ਵਿੱਚ ਪਾ ਤਾ ਵਾ, ਇਹ ਹੁਣ ਕੱਢ ਕੇ ਧੋ ਕੇ ਮਸ਼ੀਨ ਧੋ ਕੇ ਰੱਖ ਕੇ ਅਤੇ ਫਿਰ ਜਾਂਦੀ ਨੇੜ ਨੀਚੇ, ਕਿਉਂਕਿ ਕੰਮ ਦੇ ਸਿਰ 'ਤੇ ਚੜ੍ਹ ਕੇ ਰਹੋ ਤਾਂ ਕੰਮ ਨਿਬੜਦਾ। ਅੱਛਾ ਜੀ, ਅੱਛਾ ਜੀ, ਅੱਬੂ ਹੁਣੀ ਪਾਣੀ ਛਿੜਕਾਉਣ ਦੇ ਬਾਅਦ ਦੇਖੋ, ਸ਼ਰੋਤ ਦੇ ਪਾਪਾ ਹੁਣਾ ਲਓ, ਮੈਂ ਰੋਜ਼ ਕਹਿੰਦੀ ਪੈਪ ਫੜ ਕੇ ਖਲੋ ਜਾਂਦੇ, ਅਤੇ ਹੁਣ ਅੱਬੂ ਪੈਪ ਚਲਾ ਕੇ ਖਲੋ ਜਾਂਦਾ ਰੋਜ਼ ਪਾਣੀ ਚੜਕਾਉਣ, ਅਤੇ ਅੱਬੂ ਹੁਣੀ ਲੱਗੇ ਜੀ ਬੱਕਰਾ ਨਹਾਉਣ। ਅੱਬੂ ਸ਼ੈਂਪੂ ਨਾਲ ਨਹਾਉਣਾ ਬੱਕਰਾ? ਸ਼ੈਂਪੂ ਨਾਲ ਜੀ, ਸ਼ੈਂਪੂ ਨਾਲ। ਬੱਕਰੇ ਦੀ ਕਿਸਮਤ ਚੰਗੀ, ਸ਼ੈਂਪੂ ਨਾਲ ਲੱਗਾ ਨਹਾਉਣ। ਅੱਬੂ ਕਹਿੰਦਾ ਮੈਂ ਤਾਂ ਕਦੇ ਸ਼ੈਂਪੂ ਨਾਲ ਨਹਾਤਾ ਨਹੀਂ, ਮਗਰ ਬੱਕਰੇ ਨੂੰ ਨਹਾਉਣ ਲੱਗਾ। ਜਾ ਪੁੱਤ, ਅੱਬੂ ਅੰਮੀ ਅੰਮੀ ਕੋਲ ਸ਼ੈਂਪੂ ਲੈ ਕੇ ਆ। ਸ਼ੈਂਪੂ ਲਿਆ ਦੋ ਜਾ ਕੇ ਜਾਓ। ਹਾਂਜੀ, ਸ਼ੈਂਪੂ ਹੈਗੀ ਲਿਆਂਦੀ ਅੱਬੂ ਨੇ। ਲੈ ਗਿਆ ਮੈਂ ਅੰਦਰ ਕਰੋ। ਹਾਂਜੀ।